ਲੋ ਜੀ ਪਿਆਰੇ ਦੋਸਤੋ ਤੁਹਾਡੇ ਵਾਸਤੇ ਨਵੀਂ ਕਵਿਤਾ ਇੱਕ ਹੋਰ ਵਿਦ ਲਵ ਯਮਰਾਜ ਧਰਮਰਾਜ ਮੈਂ ਘਰ ਦੇ ਬਾਹਰ ਐਮਪੀ ਦਾ ਬੋਰਡ ਲਾਇਆ ਉਸੇ ਦਿਨ ਮੈਨੂੰ ਉੱਪਰੋਂ ਯਮਰਾਜ ਲੈਣ ਆਇਆ ਕਹਿੰਦਾ ਚੱਲ ਉੱਪਰ ਤੈਨੂੰ ਉੱਪਰ ਬੁਲਾਇਆ ਮੈਂ ਕਿਹਾ ਨਹੀਂ ਜਾਣਾ ਕਿਉਂ ਸੁੱਤੇ ਨੂੰ ਉਠਾਇਆ ਮੈਂ ਕਿਹਾ ਆਲੂ ਵਾਲਾ ਪਰੌਂਠਾ ਖਾਊਂ ਫਿਰ ਤੇਰੇ ਨਾਲ ਜਾਊਂ ਕਹਿੰਦਾ ਉੱਪਰ ਚੱਲ ਪੁੱਤ ਫਿਰ ਤੈਨੂੰ ਪਰੌਂਠੇ ਖਿਲਾਊਂ ਤੇਰਾ ਟਾਈਮ ਆਇਆ ਤੈਨੂੰ ਉੱਪਰ ਬੁਲਾਇਆ ਖੁਸ਼ੀ ਖੁਸ਼ੀ ਤੁਰ ਪਿਆ ਮੈਂ ਜਮਰਾਜ ਦੇ ਨਾਲ ਲੈ ਗਿਆ ਮੈਨੂੰ ਉੱਪਰ ਦੂਰ ਆਪਣੇ ਨਾਲ ਉੱਪਰ ਲਿਜਾ ਕੇ ਮੈਨੂੰ ਉਹਨੇ ਧਰਮਰਾਜ ਅੱਗੇ ਖੜਾਇਆ ਮੈਂ ਘਰ ਦੇ ਬਾਹਰ ਐਮਪੀ ਦਾ ਬੋਰਡ ਲਾਇਆ ਕਹਿੰਦਾ ਇਹ ਐਮਪੀ ਹੈ ਧਰਮਰਾਜ ਨੂੰ ਸਮਝਾਇਆ ਕਹਿੰਦਾ ਇਹ ਐਮਪੀ ਹੈ ਧਰਮਰਾਜ ਨੂੰ ਸਮਝਾਇਆ ਸ਼ਕਲ ਦੇਖਦਿਆਂ ਮੇਰੀ ਉਹਨੂੰ ਗੁੱਸਾ ਆਇਆ ਇਹਨੂੰ ਐਮਪੀ ਨੂੰ ਕਹਿੰਦਾ ਲੰਬਾ ਪਾਓ ਉਹਨੇ ਜਮਾਂ ਨੂੰ ਸਮਝਾਇਆ ਮੈਂ ਘਰ ਦੇ ਬਾਹਰ ਐਮਪੀ ਦਾ ਬੋਰਡ ਲਾਇਆ ਧਰਮਰਾਜ ਕਹਿੰਦਾ ਇਹਨੂੰ ਐਮਪੀ ਨੂੰ ਲੰਬਾ ਪਾਓ ਮਾਰੋ ਛਿੱਤਰ ਇਹਦੇ ਗਿੱਟਿਆਂ ਦਾ ਲਾਓ ਪਾਓ ਗਰਮ ਕੜਾਹੀ ਚ ਇਹਦੇ ਰਿਸ਼ਵਤ ਖਾ ਖਾ ਮੋਟਾ ਹੋ ਗਿਆ ਜਦ ਐਮਪੀ ਬਣਾਇਆ ਮੈਂ ਘਰ ਦੇ ਬਾਹਰ ਐਮਪੀ ਦਾ ਬੋਰਡ ਲਾਇਆ ਮੈਂ ਕਿਹਾ ਮੈਨੂੰ ਛੱਡੋ ਮੈਂ ਕਿਹੜੀ ਰਿਸ਼ਵਤ ਖਾਧੀ ਸਵੇਰ ਦਾ ਉੱਠਿਆ ਆਇਆ ਹਾਲ ਤਾਂ ਰੋਟੀ ਨਹੀਂ ਖਾਧੀ ਖਿੱਚ ਕੇ ਗੁੱਸੇ 'ਚ ਮੈਂ ਉਹਨੂੰ ਆਪਣਾ ਹਾਲ ਸੁਣਾਇਆ ਮੈਂ ਘਰ ਦੇ ਬਾਹਰ ਐਮਪੀ ਦਾ ਬੋਰਡ ਲਾਇਆ ਮੈਂ ਕਿਹਾ ਦੇਸ਼ ਤਾਂ ਉਹਨੇ ਲੁੱਟ ਕੇ ਖਾਧਾ ਜਿਹਨੇ ਪਾਈ ਵਰਦੀ ਖਾਧੀ ਓਏ ਦੇਸ਼ ਤਾਂ ਉਹਨੇ ਲੁੱਟ ਕੇ ਖਾਧਾ ਜਿਹਨੇ ਪਾਈ ਟੋਪੀ ਖਾਧੀ ਮੇਰੇ ਸਿਰ 'ਤੇ ਤਾਂ ਬਾਲ ਨਹੀਂ ਮੈਂ ਉਹਨੂੰ ਸਮਝਾਇਆ ਧਰਮਰਾਜ ਕਹਿੰਦਾ ਘਰ ਦੇ ਬਾਹਰ ਤੂੰ ਕਾਹਤੇ ਐਮਪੀ ਦਾ ਬੋਰਡ ਲਾਇਆ ਤਾਂ ਹੀ ਤੈਨੂੰ ਜਾ ਕੇ ਮੇਰਾ ਜਮਰਾਜ ਲੈ ਕੇ ਆਇਆ ਸਿੱਧੀ ਤਰ੍ਹਾਂ ਸਾਰੀ ਗੱਲ ਦੱਸ ਧਰਮਰਾਜ ਨੇ ਡਰਾਇਆ ਮੈਂ ਘਰ ਦੇ ਬਾਹਰ ਐਮਪੀ ਦਾ ਬੋਰਡ ਲਾਇਆ ਮੈਂ ਕਿਹਾ ਗੁੱਝੀਆਂ ਸੱਟਾਂ ਮਾਰੀਆਂ ਲੋਕਾਂ ਮੈਨੂੰ ਪਾਗਲ ਬਣਾਇਆ ਐਮ ਤੋਂ ਮੇਰਾ ਨਾਮ ਹੈ ਮਿੰਟੂ ਪੀ ਤੋਂ ਪਾਗਲ ਲਾਇਆ ਮੇਰਾ ਨਾਮ ਐਮਪੀ ਕਿਉਂ ਮੈਂ ਉਹਨੂੰ ਮਤਲਬ ਸਮਝਾਇਆ ਮੈਂ ਘਰ ਦੇ ਬਾਹਰ ਐਮਪੀ ਦਾ ਬੋਰਡ ਲਾਇਆ ਧਰਮਰਾਜ ਕਹਿੰਦਾ ਜਮਰਾਜ ਤੂੰ ਬੰਦਾ ਗਲਤ ਆਇਆ ਕਿਹਾ ਤੈਨੂੰ ਮੈਂਬਰ ਪਾਰਲੀਮੈਂਟ ਸੀ ਤੂੰ ਮਿੰਟੂ ਪਾਗਲ ਲੈ ਆਇਆ ਕਹਿੰਦਾ ਇਹਨੂੰ ਛੱਡ ਕੇ ਥੱਲੇ ਆਓ ਤੁਸੀਂ ਤਾਂ ਉਲਟਾ ਚੱਕਰ ਚਲਾਇਆ ਮੈਂ ਘਰ ਦੇ ਬਾਹਰ ਐਮਪੀ ਦਾ ਬੋਰਡ ਲਾਇਆ ਯਮਰਾਜ ਕਹਿੰਦਾ ਸਵੇਰੇ ਸ਼ਾਮ ਮੈਂ ਗੱਪਾਂ ਮਾਰਦਾ ਬੋਲੇ ਝੂਠ ਦੇ ਝੂਠ ਇੰਨਾ ਨਹੀਂ ਕੋਈ ਬੋਲਦਾ ਦੇਸ਼ ਦਾ ਐਮਪੀ ਝੂਠ ਇੱਕ ਨੰਬਰ ਦਾ ਝੂਠਾ ਹੈ ਉਹਨੇ ਇਲਜ਼ਾਮ ਲਾਇਆ ਉਹ ਮੈਂ ਕਿਹਾ ਮੈਂ ਨਹੀਂ ਬੋਲਦਾ ਝੂਠ ਮੈਨੂੰ ਕਰੋ ਮਾਫ ਮੈਂ ਸੁਣਾਉਣਾ ਗੱਪਾਂ ਮੈਂ ਦੱਸਾਂ ਸਾਫ ਗੱਪ ਸੁਣਾ ਮੈਨੂੰ ਵੀ ਧਰਮਰਾਜ ਨੇ ਹੁਕਮ ਸੁਣਾਇਆ ਮੈਂ ਘਰ ਦੇ ਬਾਹਰ ਐਮਪੀ ਦਾ ਬੋਰਡ ਲਾਇਆ ਮੈਂ ਕਿਹਾ ਧਰਮਰਾਜ ਜੀ ਸੁਣੋ ਸੁਣਾਉਣਾ ਸੱਚੀ ਗੱਪ ਸੁਣੋ ਸੁਣਾਟਾ ਸੱਚੀ ਗੱਪ ਦੇਸ਼ ਦੇ ਸਾਰੇ ਐਮ ਪੀ ਚੱਕੋ ਡੰਗੀ ਜਾਂਦੇ ਬਣ ਕੇ ਸੱਪ ਝੂਠ ਸਾਰਾ ਮੁੱਕ ਜਾਊ ਫਿਰ ਰਾਮ ਰਾਜ ਲਵਾਇਆ ਮੈਂ ਘਰ ਦੇ ਬਾਹਰ ਐਮ ਪੀ ਦਾ ਬੋਰਡ ਲਾਇਆ ਧਰਮਰਾਜ ਕਹਿੰਦਾ ਸੱਚ ਕਹਿੰਦਾ ਇਹ ਗੱਪੀ ਕੋਈ ਚੱਕਰ ਚਲਾਉਣਾ ਪੈਣਾ ਜਾਂ ਧਰਤੀ ਦਾ ਥੱਲੇ ਹੋਣਾ ਚੋਰਾਂ ਨੂੰ ਲਿਆਉਣਾ ਪੈਣਾ ਗੱਪੀ ਨੂੰ ਛੱਡ ਕੇ ਥੱਲੇ ਆਓ ਧਰਮਰਾਜ ਨੇ ਹੁਕਮ ਸੁਣਾਇਆ ਅੰਧੀ ਵਾਰੀ ਧਰਮਰਾਜ ਨੇ ਦਿੱਤਾ ਆਟੋਗ੍ਰਾਫ ਬਿਦਲਾ ਪਿਆਰੇ ਗੱਪੀ ਤੇਰਾ ਵੱਧਦਾ ਰਹੇ ਗ੍ਰਾਫ ਤੇਰਾ ਵੱਧਦਾ ਰਹੇ ਗ੍ਰਾਫ ਥੈਂਕ ਯੂ ਦੋਸਤੋ